मोगा सिविल अस्पताल के डॉक्टर एक बार फिर सुर्खियों में हैं। बता दें कि मोगा के पास पड़ते गांव बुद्ध सिंह वाला में कुछ दिन पहले एक गर्भवती महिला ने बच्ची को जन्म दिया था, लेकिन महिला की हालत गंभीर होने के कारण उसे सिविल अस्पताल मोगा से फरीदकोट रेफर कर दिया गया। वहां पर उसकी मौत हो गई। महिला का संस्कार कर दिया गया। जब आज परिवार वाले उसकी अस्थियां उठाने के लिए शमशान घाट गए तो उनमें से ऑपरेशन के दौरान प्रयोग की गई एक कैंची और दूसरा सामान पाया गया। परिवार वालों ने सिविल अस्पताल के डॉक्टरों की जांच की मांग की है। रानी जी जिदी मौत हुई है ताड़ी की लगदी मेरी बेटी है जी। की गल हुई सी? इनू बिरजी बच्चा होने वाला सीगा जी। सरकारी अस्पताल एडमिट कीती है। दिन शुक्रवार है जी, 12 दा टाइम सी, एडमिट कीती है। रात दे 8:30 जी इहदा केस होया गुड़िया दा, बड़े ऑपरेशन नाल गुड़िया हुई है जी। उदू बाद सानू 9 करीब इहनू सानू रेफर ऑपरेशन करके गुड़िया दा। अच्छा, शुक्रवार भी वधिया रही। शनिवार दी रात नू थोड़ी थोड़ी भरूण पैण लग गई गुड़िया दे मूँह ते। अच्छा, ऐतवार रात तड़के सुबह ज़्यादा भरूण हो गई कुड़ी दे मूँह ते भी हो गई, पेट भी फुल गया। मैं बहुत रौला पाया, मैं बहुत कड़ाई उन्हां दे मूहरे, मैं पैर फड़ तिखर गई। मैं कहा मेरी बेटी ते मैं कहा सूजियां दा भी सारियां दे ऑपरेशन होए आ, इन्हां नू सोच नहीं चढ़ी मेरी बेटी नू क्यों सोच चढ़ी आ। ਉਹ ਕਹਿੰਦੇ ਨਹੀਂ, ਇਹਦੇ ਬੋਤਲਾਂ ਲੱਗੀਆਂ ਨੇ ਠੰਡੀਆਂ, ਇਹਨੂੰ ਪਾਣੀ ਪਿਆ, ਇਹਨੂੰ ਚਾਹ ਦੇ, ਇਹਨੂੰ ਤਾਂ ਹੋਇਆ ਗਿਆ। ਕੁੜੀ ਨੂੰ ਸ਼ਨੀਵਾਰ ਰਾਤ ਨੂੰ ਬੰਨ ਪੈ ਗਿਆ, ਬਾਥਰੂਮ ਰੁਕਣਾ ਸ਼ੁਰੂ ਹੋ ਗਿਆ। ਮੈਂ ਉਦੋਂ ਬਹੁਤ ਕੜਾਈ, ਮੈਂ ਕਹਿੰਦਾ ਬਾਥਰੂਮ ਰੁਕ ਗਿਆ, ਤੁਸੀਂ ਦੇਖੋ ਤੁਸੀਂ ਨਰਸਾਂ ਡਾਕਟਰਾਂ ਤੁਸੀਂ ਅੱਧਾ ਰੱਬ ਆ, ਵੇਖੋ ਵੀ ਕਾਹਤੋਂ ਹੋਇਆ। ਉਹਨਾਂ ਨੇ ਕੇਸ ਕੀਤਾ, ਜਦੋਂ ਉਹਨਾਂ ਨੇ ਬੋਤਲ ਨਾਲ ਹੀ ਸਾਰਾ ਕੁਛ ਬਦਲਿਆ, ਨਹੀਂ ਉਹਨਾਂ ਤੋਂ ਕੁਛ ਨਹੀਂ ਹੋਇਆ। ਉਹਨਾਂ ਨੇ ਇੱਥੇ ਆਕਸੀਜਨ ਵੀ ਲਾਤੀ ਗੁੜੀਆਂ ਦੇ, ਉਹ ਵੱਡੀ ਸਾਰੀ ਬੋਤਲ ਜੀ ਲਿਆ ਕੇ ਲਾਤੀ। 10 ਵਜੇ ਜਦੋਂ ਵੱਡੀ ਨਰਸ ਆਈ ਆ ਮਧਰੀ ਜੀ, ਪਰ ਮੈਨੂੰ ਨਾਮ ਦਾ ਨਹੀਂ ਪਤਾ ਉਹਦਾ, ਉਹ ਆਈ, ਉਹਨੇ ਮੈਨੂੰ ਇਹ ਬੋਲੀ, ਕਹਿੰਦੀ ਕੁੜੀ ਤੇਰੀ ਏਰਮੈਂਟ ਫਰੀਦਕੋਟ ਕਰਨੀ ਆ। ਮੈਂ ਕਿਹਾ ਵੀ ਮੈਂ ਫਰੀਦਕੋਟ ਨਹੀਂ ਲੈ ਕੇ ਜਾਣਾ, ਫਰੀਦਕੋਟ ਰੈਫਰ ਕੀਤੀ। ਜਦੋਂ ਉਹਨਾਂ ਮੈਂ ਕਿਹਾ ਵੀ ਮੇਰਾ ਪਰਿਵਾਰ ਦਾ ਜੀ ਕੋਈ ਨਹੀਂ ਨਾਲ ਹੈਗਾ, ਮੈਂ ਇਕੱਲੀ ਹਾਂ ਇੱਥੇ, ਮੈਂ ਬੱਚੀ ਸਾਂਭੂ ਕਿ ਮੈਂ ਮਰੀਜ਼ ਨੂੰ ਸਾਂਭੂ, ਮੇਰੀ ਨੂੰਹ ਤੁਰੀ ਜਾਂਦੀ, ਮੈਂ ਚੜ੍ਹਾਈ ਆ ਗੱਡੀ 'ਤੇ। ਉਹਨਾਂ ਨੇ ਕਿਸੇ ਨੂੰ ਮੈਨੂੰ ਡੀਲ ਨਹੀਂ ਕਰਨ ਦਿੱਤੀ, ਨਾ ਇਹਦੇ ਸਹੁਰਿਆਂ ਦੀ, ਨਾ ਮੇਰੇ ਪੇਕਿਆਂ ਦੀ। ਮੈਂ ਉਸ ਟਾਈਮ ਇਕੱਲੀ ਸੀ ਫਰੀਦਕੋਟ ਦੇ ਵਿੱਚ, ਅਤੇ ਮੇਰੀ ਨੂੰਹ ਸੀ, ਉਹਨਾਂ ਦਾ ਕੋਈ ਕਸੂਰ ਨਹੀਂ। ਉਹ ਕਹਿੰਦੇ, ਉਹਨਾਂ ਨੇ ਮੈਨੂੰ ਜਾਣ ਸਾਰ ਹੀ ਕਹਿਤਾ ਵੀ ਇਹਨੂੰ ਜ਼ਹਿਰਬਾ ਗੁੜੀਆਂ ਨੂੰ ਹੋਇਆ ਵਿਆ। ਸਿਵਲ ਹਸਪੀਟਲ 'ਚ ਕਿੰਨੇ ਦਿਨ ਰਹੀ? ਉੱਥੇ ਜੀ, ਉੱਥੇ ਮੋਗੇ ਜੀ 3 ਦਿਨ ਰਹੀ ਆ ਉੱਥੇ। ਅੰਤਲਾ ਸ਼ਨੀਵਾਰ ਤੋਂ ਲਾ ਕੇ ਸ਼ਨੀਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ, ਐਤਵਾਰ ਸੁਬਹ 'ਚ ਪਈ ਉਹਨਾਂ ਨੇ। ਅਤੇ ਬੱਚਾ ਕਿੱਦਾਂ ਹੋਇਆ? ਸ਼ੁੱਕਰਵਾਰ ਰਾਤ ਨੂੰ ਜੀ, ਸ਼ੁੱਕਰਵਾਰ ਰਾਤ ਨੂੰ ਹੋਇਆ ਬੱਚਾ। 8:30 ਵਜੇ, 8:30 ਜਾਣੀ 8 ਵਜੇ ਦੀ ਉਹਨਾਂ ਦੀ ਨਰਸਾਂ ਦੀ ਆਪਰੇਸ਼ਨ ਦੀ ਸ਼ੁਰੂ ਸੀਗੀ। ਪਹਿਲੀ ਗੁੜੀਆ ਦਾ ਆਪਣੀ ਦਾ ਕੇਸ ਹੀ ਹੋਇਆ। ਹਾਲਤ ਵਿਗੜਨ ਦਾ ਕਾਰਨ ਕੀ ਦੱਸਦੇ ਸੀ? ਹਾਲਤ ਆ ਜੀ, ਤੁਹਾਨੂੰ ਦੱਸਿਆ ਵੀ ਗੁੜੀਆ ਦਾ ਮੁਖੜਾ ਸੋਜ ਆ ਗਈ, ਸਾਰੇ ਪੇਟ ਸੱਜ ਗਿਆ, ਮੂੰਹ ਸੱਜ ਗਿਆ, ਕੁੜੀ ਦਾ ਬਾਥਰੂਮ ਰੁਕ ਗਿਆ। ਬਸ ਇਹੀ ਸਮੱਸਿਆ ਸੀ। ਉਹ ਕਹਿੰਦੇ ਵੀ ਨਹੀਂ, ਇਹਨੂੰ ਪਾਣੀ ਨਹੀਂ ਪਿਆ ਤਾਂ ਕਰਕੇ ਆ। ਮੈਂ 1.5 ਵੱਡੀ ਬੋਤਲ ਹੁੰਦੀ ਆ 2 ਲੀਟਰ ਦੀ, ਮੈਂ ਪਾਣੀ ਵੀ ਪਿਆ ਤਾ। ਉਹਨਾਂ ਨੇ ਮੈਨੂੰ ਚਾਹ ਵੀ ਕਹਿਤੀ, ਇਹਨੇ ਚਾਹ ਪਿਓ ਗਰਮ ਕਰਕੇ, ਮੈਂ ਚਾਹ ਵੀ ਪਿਆਤੀ, ਠੀਕ ਹੈ। ਉਦੋਂ ਮੁੜ ਕੇ ਮੈਂ ਕਿਹਾ ਵੀ ਉਹ ਤਾਂ ਸੁੱਜਦੀ ਗਈ ਸੀ, ਉਹਦੀ ਕੁੜੀ ਚੀਕਾਂ ਮਾਰਨ ਲੱਗੀ, ਕੁੜੀ ਦਾ ਸਾਹ ਰੁਕ ਗਿਆ, ਇੱਥੋਂ ਗਲਾ ਸੁੱਜ ਗਿਆ। ਕੁੜੀ, ਮੰਮੀ ਮੈਨੂੰ ਸੋ ਜਾਂਦੇ, ਮੈਨੂੰ ਸਾਹ ਨਹੀਂ ਆਉਂਦਾ, ਹੈ ਮੰਮੀ ਮੈਨੂੰ ਸਾਹ ਨਹੀਂ ਆਉਂਦਾ। ਮੈਂ ਕਿਹਾ ਵੀ ਉਹਦੇ ਨਰਸ ਆਈ, ਉਹਨੇ ਮੈਨੂੰ ਇਹੀ ਗੱਲ ਕਹੀ, ਕਹਿੰਦੀ ਇਹਨੂੰ ਫਰੀਦਕੋਟ ਰੈਫਰ ਕਰਨ ਲੱਗੀ ਹਾਂ, ਇਹਦਾ ਮਸਲਾ ਹੱਲ ਕੋਈ ਨਹੀਂ, ਫਰੀਦਕੋਟ ਹੋ ਸਾਡੇ ਕੋਲ ਫਰੀਦਕੋਟ ਕੀ ਇਲਾਜ ਹੋਇਆ ਉਹਦਾ ਜੀ? ਸਾਨੂੰ ਕੁਛ ਨਹੀਂ ਪਤਾ ਵੀ ਕੀ ਕੀਤਾ ਉਹਨਾਂ ਨੇ, ਮੌਤ ਨਾਲ ਟੀਕੇ ਬਹੁਤ ਜ਼ਿਆਦਾ ਲਾਏ, ਠੀਕ ਆ। ਉਹ ਕਹਿੰਦੇ ਵੀ ਅਸੀਂ ਕੋਸ਼ਟ ਬਚਾਉਣ ਦੀ ਕਰਾਂਗੇ, ਜਿੱਥੋਂ ਤਿੱਕਰ ਹੋਇਆ ਕੋਸ਼ਟ ਕਰਾਂਗੇ, ਇਹਦੀ ਤੁਹਾਡੇ ਭਾਗਾਂ ਨੂੰ ਨਹੀਂ, ਇਹਦੀ ਬੱਚੀ ਦੇ ਭਾਗਾਂ ਨੂੰ। ਯਾਨੀ ਕਿ ਬਹੁਤ ਜ਼ੋਰ ਲਾਇਆ ਉਹਨਾਂ ਨੇ, ਨਾ ਉਹਨਾਂ ਦੀ ਪੇਸ਼ ਚੱਲੀ ਨਾ ਸਾਡੀ। ਕਦੋਂ ਮੌਤ ਹੋਈ ਹੈ? ਇਹਦੀ ਤੜਕੇ 6 ਵਜੇ ਹੋਈ। ਅੱਜ ਹੀ ਹੈ? ਕੱਲ੍ਹ ਸੰਸਕਾਰ ਕੀਤਾ ਜੀ। ਅੱਜ ਫੁੱਲ ਚਗਣਾਏ ਸੀਗੇ ਅਤੇ ਕੀ ਮਿਲਿਆ ਤੁਹਾਨੂੰ? ਇਹਦੇ 'ਚ ਜੀ ਕੈਂਚੀ ਮਿਲੀ ਆ, ਕੈਂਚੀ ਦੀ ਪੂਰੀ ਦੀ ਪੂਰੀ ਆ, ਲਾਪਰਵਾਹੀ ਹੋਈ ਹੈ ਜੀ, ਹੋਈ ਇਹਨਾਂ ਤੋਂ ਹੀ ਆ। ਇੱਥੋਂ ਹੀ ਪ੍ਰੇਸ਼ਨ ਹੋਇਆ ਸਾਨੂੰ, ਇੱਥੋਂ ਮੋਗੇ ਹੀ ਪ੍ਰੇਸ਼ਨ ਹੋਇਆ ਸਾਨੂੰ, ਮੋਗੇ ਦੇ ਪ੍ਰੇਸ਼ਨ ਦਾ ਪਤਾ ਸਾਨੂੰ, ਉਹਨਾਂ ਦੇ ਪ੍ਰੇਸ਼ਨ ਦਾ ਕੋਈ ਪਤਾ ਨਹੀਂ ਵੀ ਉਹਨਾਂ ਨੇ ਕਰਿਆ ਕਿ ਨਹੀਂ ਕਰਿਆ। ਕਿਉਂ ਸਾਡੇ ਸਾਹਮਣੇ ਤਾਂ ਇਹਨਾਂ ਨੇ ਪ੍ਰੇਸ਼ਨ ਕੀਤਾ, ਸਾਨੂੰ ਇਹਨਾਂ ਨੇ ਪ੍ਰੇਸ਼ਨ ਕਰਕੇ ਫੜਾਈ ਆ। ਇੱਥੋਂ ਹੀ ਕੁੜੀ ਪੇਟ ਫੁੱਲਣਾ ਸ਼ੁਰੂ ਹੋਇਆ, ਇੱਥੋਂ ਹੀ ਕੁੜੀ ਦਾ ਮੂੰਹ ਸੁੱਜ ਗਿਆ ਸਾਰਾ, ਠੀਕ ਆ। ਇਹਨਾਂ ਨੇ ਤੜਕੇ ਮੈਨੂੰ ਐਂ ਚਕਾਤਾ, ਨਾ ਮੇਰੇ ਜੁੱਤੀ ਨਾ ਜੋੜਾ, ਮੇਰਾ ਸਾਰਾ ਕੁਛ ਹੀ ਉੱਥੇ ਰਹਿ ਗਿਆ। ਕੁੜੀ ਦੇ 2-4 ਲੀੜੇ ਆ, ਬਾਕੀ ਸਾਰੇ ਲੀੜੇ ਵੀ ਮੇਰੇ ਇੱਥੇ ਰਹਿ ਗਏ। ਮੈਨੂੰ ਇਕੱਲੀ ਨੇ ਇਹਨਾਂ ਨੇ ਗੱਡੀ 'ਚ ਚੜ੍ਹਾਤਾ, ਨਾ ਮੈਨੂੰ ਇਹਨਾਂ ਨੇ ਕੁਛ ਨਹੀਂ ਦਿੱਤਾ। ਇਹਨਾਂ ਨੇ ਜਿਹੜੀ ਐਂਬੂਲੈਂਸ ਵਾਲੇ ਉਹਨਾਂ ਨੂੰ ਰਾਹਦਾਰੀ ਦਿੱਤੀ, ਰਾਹਦਾਰੀ ਦਿੱਤੀ ਆ ਕੋਈ ਚੀਜ਼ ਦਿੱਤੀ, ਐਡਾ ਕੁ ਪਰਚਾ ਜਿਹਾ ਦੇਤਾ, ਬਸ ਕੁਛ ਮੈਨੂੰ ਕੱਖ ਵੀ ਨਹੀਂ ਦਿੱਤਾ ਉੱਥੇ। ਬਸ ਮੈਨੂੰ ਕੇਰਾ ਤੋਰਤਾ ਵੀ ਤੂੰ ਫਰੀਦਕੋਟ ਲੈ ਜਾ, ਤੇਰੀ ਕੁੜੀ ਦਾ ਫਰੀਦਕੋਟ ਮਸਲਾ ਹੱਲ ਹੋ। ਉਹਨਾਂ ਨੇ ਮੈਨੂੰ ਜਦੋਂ ਮੈਂ ਐਡਮਿਟ ਕੀਤੀ, ਉਹ ਕਹਿੰਦੇ ਵੀ ਕੁੜੀ ਨੂੰ ਜ਼ਹਿਰਬਾ ਹੋਇਆ ਗਿਆ। ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ? ਵੀਰ ਜੀ, ਇਸ ਦਾ ਮੈਨੂੰ ਇਨਸਾਫ ਹੋਣਾ ਚਾਹੀਦਾ। ਅੱਜ ਮੇਰੀ ਅੱਗ ਲੱਗੀ, ਅੱਜ ਮੇਰੀ ਢਿੱਡ ਨੂੰ ਲੱਗੀ ਆ, ਕੱਲ੍ਹ ਨੂੰ ਕਿਸੇ ਦੀ ਧੀ ਹੋਰ ਵੀ ਪੱਟੀ ਜਾਊ, ਕਿਸੇ ਦਾ ਹੋਰ ਵੀ ਘਰ ਜੁੜੂ, ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ। ਕੈਂਚੀ ਕਿੱਥੋਂ ਆਈ ਹੈ?
ਵੀਰ ਜੀ ਕੈਂਚੀ ਇਸੇ ਹਸਪਤਾਲ ਚੋਂ ਗਈ ਹੈ ਜਦੋਂ ਇਸੇ ਹਸਪਤਾਲ ਚੋਂ ਸੋਜ ਸ਼ੁਰੂ ਹੋਏ ਇਸੇ ਹਸਪਤਾਲ ਚੋਂ ਓਪਰੇਸ਼ਨ ਹੋਇਆ ਮੈਂ ਓਪਰੇਸ਼ਨ ਉੱਥੇ ਦੇਖਿਆ ਨਹੀਂ ਹੁੰਦਾ ਮੈਂ ਇੱਥੋਂ ਓਪਰੇਸ਼ਨ ਚੱਕੀ ਹੈ ਇੱਥੋਂ ਕੁੜੀ ਬੇਟੀ ਨੂੰ ਜਨਮ ਦਿੱਤਾ ਇੱਥੋਂ ਸਾਰਾ ਕੁਛ ਹੱਲ ਹੋਇਆ ਇੱਥੋਂ ਸੁੱਜਣੀ ਸ਼ੁਰੂ ਹੋਈ ਆ ਇੱਥੋਂ ਹੀ ਸਭ ਕੁਛ ਹੋਇਆ ਮੈਂ ਇਸ ਦਾ ਕਹਿੰਦਾ ਇਨਸਾਫ ਚਾਹੀਦਾ ਮੈਨੂੰ ਮੈਂ ਇਨਸਾਫ ਲੈਣਾ ਮੈਂ ਗਰੀਬਣੀ ਹਾਂ ਮੈਂ ਲੋਕਾਂ ਦੀਆਂ ਦਿਹਾੜੀਆਂ ਕਰਦੀ ਹਾਂ ਮੈਂ ਭਾਂਡੇ ਮਾਂਜਦੀ ਹਾਂ ਮੈਨੂੰ ਮੇਰੀ ਅੱਜ ਮੇਰੀ ਘਰ ਉੱਜੜਿਆ ਮੇਰਾ ਜਵਾਈ ਉੱਜੜਿਆ ਕੱਲ੍ਹ ਨੂੰ ਕਿਸੇ ਦਾ ਹੋਰ ਵੀ ਘਰ ਉੱਜੜੂ ਮੈਂ ਇਸ ਗੱਲ 'ਤੇ ਇਨਸਾਫ ਲੈਣਾ ਠੀਕ ਆ ਇੱਥੇ ਕਿਸੇ ਦਾ ਕਸੂਰ ਨਹੀਂ ਇੱਥੇ ਇਹੀ ਕਸੂਰਵਾਰ ਗਿਣੇ ਜਾਂਦੇ ਅੱਜ ਇਹਨਾਂ ਦੇ ਕਸੂਰ ਬਣ ਗਿਰਨਾ ਮੈਂ ਇਹਨਾਂ ਨੇ ਮੇਰੀ ਬੇਟੀ ਦਾ ਹਾਂਜੀ ਅੱਜ ਮੌਕੇ 'ਤੇ ਆ ਕੇ ਦੇਖਿਆ ਗਿਆ ਉਹ ਕੈਂਚੀ ਮਿਲੀ ਸੀਗੀ ਅਤੇ ਇਹਦੇ ਸੰਬੰਧੀ ਮੁੱਖ ਅਫਸਰ ਜੈਪਾਲ ਸਰ SHO ਸਾਹਿਬ ਨੂੰ ਸੜਕ ਦੱਸਿਆ ਗਿਆ ਅਤੇ ਕਹਿੰਦੇ ਸੀ ਵੀ ਅਸੀਂ ਵੀ ਅਸੀਂ ਮੌਲ ਮੌਕੇ 'ਤੇ ਆਉਂਦੇ ਹਾਂ ਕੀ ਦੱਸਣਾ ਕੀ ਹੈ ਪਰਿਵਾਰ ਵਾਲਿਆਂ ਨੇ ਕੀ ਦੱਸਿਆ ਉਹ ਦੱਸਦੇ ਵੀ ਕਹਿੰਦੇ ਡਾਕਟਰ ਸਾਹਿਬ ਦੀ ਲਾਪਰਵਾਹੀ ਨਾਲ ਹੋਇਆ ਇਹ ਅਤੇ ਵੀ ਕੈਂਚੀ ਮਰ ਗਈ ਹੈ ਅਤੇ ਉਹ ਕੈਂਚੀ ਜਿਹੜੀ ਹੈ ਕਬਜ਼ੇ 'ਚ ਲੈ ਗਈ ਕਦੋਂ ਮਿਲੀ ਹੈ ਫੁੱਲ ਚੁੱਕਣ ਦੇ ਦੌਰਾਨ ਮਿਲੀ ਹੈ ਹੁਣ ਕਬਜ਼ੇ 'ਚ ਲਈ ਹੈ ਜੀ ਇਸ ਟਾਈਮ ਹੋਰ ਕੀ ਮਿਲਿਆ ਨਾਲ ਕੁਛ ਹੋਰ ਵੀ ਮਿਲਿਆ ਜੀ ਬਸ ਥੋੜ੍ਹੇ ਟੁਕੜੇ ਮਿਲਿਆ ਕੈਂਚੀ ਤੋਂ ਮਿਲਿਆ ਜੀ वहीं सिविल अस्पताल की डॉक्टर सिमरत कौर खोसा का कहना है कि जो कैंची परिजन लेकर आए हैं उसका सिविल अस्पताल से कोई संबंध नहीं है। देखो शुक्रवार को गीता कौर नाम की 20 साल की लड़की आई थी गर्भवती सी बुद्ध सिंह वाला तो ठीक है उधर रात को ऑपरेशन नाल बच्चा कढ़िया गया सी पेशेंट बिल्कुल ठीक सी शनिवार को तो एतवार सुबह पेशेंट को थोड़ा साह लैन तकलीफ हो रही थी तो बाथरूम थोड़ा घट रहा है जिस करके मैं पेशेंट को रैफर किया जब मैं रैफर की है पेशेंट बिल्कुल ठीक सी मतलब ब्लड प्रेशर ठीक सी मेरे नाल गल्लां कर रही सी साह लैन च दिक्कत सी सैचुरेशन घट रही सी इसलिए मैं रैफर करती बच्चा इत्थे होया जी सही है बच्चा बच्चा बिल्कुल सही सी बच्चा उहदे नाल जिहड़ी उहदे लेडीआं दी मदर सी उहनां दी गोदी च सी नाल ओह एंबूलेंस ते नाल गया बच्चा ठीक है पेशेंट नूं मैं प्रॉपर खुद एंबूलेंस ते चढ़वाया ऑक्सीजन लगवा के ठीक है रात नूं जिन्ना मेरी उत्थे फरीदकोट डॉक्टर साहब नाल गल होई है फरीदकोट रात नूं मतलब ਐਤਵਾਰ ਰਾਤ ਨੂੰ ਦੁਬਾਰਾ ਓਪਰੇਟ ਹੋਇਆ ਵਾ ਲਿਪਰੋਟਮੀ ਹੋਈ ਹੈ ਜਿਸ 'ਚ ਬਹੁਤ ਵੱਡਾ ਚੀਰਾ ਦਿੱਤਾ ਜਾਂਦਾ ਪੇਟ ਖੋਲ੍ਹ ਕੇ ਦੇਖਿਆ ਜਾਂਦਾ ਅੰਦਰ ਕੀ ਦਿੱਕਤ ਹੈ ਠੀਕ ਹੈ ਸੰਡੇ ਸੁਬਹਾ ਪੇਸ਼ੈਂਟ ਐਕਸਪਾਇਰ ਹੋਈ ਮੰਡੇ ਸੁਬਹਾ ਪੇਸ਼ੈਂਟ ਐਕਸਪਾਇਰ ਹੋਈ ਹੈ 6:30 ਦੇ ਅਰਾਊਂਡ ਠੀਕ ਹੈ ਅਤੇ ਜਿੰਨੀਆਂ ਮੈਂ ਵੀਡੀਓਜ਼ ਦੇਖੀਆਂ ਨੇ ਉਹ ਕੈਂਚੀ ਵਾਲੀਆਂ ਉਹ ਕੈਂਚੀ ਸਾਡੀ ਸਰਜੀਕਲ ਸੀਜ਼ਰ ਨਹੀਂ ਹੈ ਜੋ ਕਿ ਸਾਨੂੰ ਗੌਰਮੈਂਟ ਸਪਲਾਈ 'ਚ ਨਹੀਂ ਆਉਂਦੀ ਅਤੇ ਬਾਹਰੋਂ ਕੋਈ ਕੈਂਚੀ ਅਸੀਂ ਨਹੀਂ ਯੂਜ਼ ਕਰ ਸਕਦੇ ਠੀਕ ਹੈ ਉਹ ਕੈਂਚੀ ਮੈਨੂੰ ਲੱਗਦਾ ਕੋਈ ਹੋਰ ਮਤਲਬ ਓਬਵੀਅਸਲੀ ਨਾ ਉਹ ਇੱਥੋਂ ਦੀ ਹੈ ਨਾ ਉਹ ਫਰੀਦਕੋਟ ਦੀ ਹੈ ਕਿਉਂਕਿ ਉਹ ਗਵਰਨਮੈਂਟ ਸਪਲਾਈ 'ਚ ਨਹੀਂ ਆਉਂਦੀ ਇਹ ਜੀ ਕੈਂਚੀ ਨਹੀਂ ਅਣਗਹਿਲੀ ਨਹੀਂ ਹੋ ਸਕਦੀ ਕੋਈ ਵੀ ਡਾਕਟਰ ਜਾਂ ਕੋਈ ਵੀ ਸਟਾਫ ਮਰੀਜ਼ 'ਚ ਇੱਦਾਂ ਕੈਂਚੀ ਇੱਦਾਂ ਕੁਛ ਨਹੀਂ ਛੱਡਦਾ ਸਟਿਲ ਜੇ ਲੋਕ ਕਾਰਵਾਈ ਕਰਨਾ ਚਾਹੁੰਦੇ ਆ ਕਰ ਸਕਦੇ ਆ ਪਰ ਉਹ ਕੈਂਚੀ ਸਾਡੀ ਸਰਜੀਕਲ ਸੀਜ਼ਰ ਨਹੀਂ ਹੈ